ਕੇਂਦਰ ਸਰਕਾਰ ਨੇ ਰੇਲਵੇ ਸਟੇਸ਼ਨਾਂ ਦੇ ਵਿਕਾਸ ਲਈ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਅਧੀਨ 1275 ਰੇਲਵੇ ਸਟੇਸ਼ਨਾਂ ਦੀ ਪਛਾਣ ਕੀਤੀ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੱਲ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਵਿੱਚ ਲੰਬੇ ਸਮੇਂ ਦੀ ਕਾਰਵਾਈ ਦੇ ਨਿਰੰਤਰ ਆਧਾਰ ਤੇ ਸਟੇਸ਼ਨਾਂ ਦੇ ਵਿਕਾਸ ਦੀ ਕਲਪਨਾ ਕੀਤੀ ਗਈ ਹੈ। ਇਸ ਯੋਜਨਾ ਵਿੱਚ ਮਾਸਟਰ ਪਲਾਨ ਦੀ ਤਿਆਰੀ ਅਤੇ ਸਟੇਸ਼ਨਾਂ ਵਿੱਚ ਦਾਖਲਾ, ਵੇਟਿੰਗ ਰੂਮ, ਮੁਫਤ ਵਾਈਫਾਈ, ਵਧੀਆ ਯਾਤਰੀ ਸੂਚਨਾ ਪ੍ਰਣਾਲੀ ਵਰਗੀਆਂ ਸਟੇਸ਼ਨ ਦੀਆਂ ਸਹੂਲਤਾਂ ਨੂੰ ਚਰਨਬੱਧ ਤàng ਨਾਲ ਸੁਧਾਰਨ ਦਾ ਕੰਮ ਸ਼ਾਮਲੇ। ਉਨ੍ਹਾਂ ਨੂੰ ਮੁਹੱਈਆ ਕਰਵਾਈ ਗਈ ਜਾਣਕਾਰੀ ਮੁਤਾਬਕ ਇਹਨਾਂ ਵਿੱਚ ਪੰਜਾਬ ਦੇ 30 ਸਟੇਸ਼ਨ ਵੀ ਸ਼ਾਮਲ ਨੇ ਜਿਨ੍ਹਾਂ ਵਿੱਚ ਅੰਮ੍ਰਿਤਸਰ, ਬਠਿੰਡਾ, ਜਲੰਧਰ ਸਿਟੀ, ਜਲੰਧਰ ਕੈਂਟ, ਮੁਕਸਰ, ਪਠਾਨਕੋਟ, ਕੈਂਟ, ਪਟਿਆਲਾ ਤੇ ਸੰਗਰੂਰ ਵੀ ਸ਼ਾਮਲ ਨੇ